ਹਾਂਜੀ ਵੈਲਕਮ ਕਰਦੇ ਆ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਸੋ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਣਾ ਮੈਂ ਕਿ ਅੱਜ ਦੀ ਜਿਹੜੀ ਇਹ ਵੀਡੀਓ ਆ ਇਹ ਬਹੁਤ ਹੀ ਇੰਪੋਰਟੈਂਟ ਵੀਡੀਓ ਆ ਸਪੈਸ਼ਲੀ ਫਾਰ ਜਿਹੜੇ ਸਟਾਫ ਨਰਸ ਵਾਲੇ ਬੱਚੇ ਆ ਜਿਹੜੇ ਐਮ ਪੀ ਐਚ ਡਬਲਯੂ ਵਾਲੇ ਬੱਚੇ ਆ ਜਿਨ੍ਹਾਂ ਦਾ ਪੇਪਰ ਹੋਣ ਜਾ ਰਿਹਾ ਵਾ ਜੀ 17 ਤਰੀਕ ਨੂੰ ਕਿਹੜਾ ਪੇਪਰ ਹੋਣਾ ਕਿਵੇਂ ਪੇਪਰ ਪੇਪਰ ਹੋਣਾ ਤੇ ਜਿਹੜੇ ਸਟਾਫ ਨਰਸ ਵਾਲੇ ਬੱਚੇ ਆ ਉਹਨਾਂ ਲਈ ਕੀ ਕਿਉਂ ਇਹ ਵੀਡੀਓ ਇੰਪੋਰਟੈਂਟ ਆ ਡਿਟੇਲ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਸਕਿਪ ਨਾ ਕਰਿਓ ਸੋ ਸਭ ਤੋਂ ਪਹਿਲਾ ਰਿਕੁਐਸਟ ਇਹ ਆ ਜਿਹੜੇ ਬੱਚੇ ਪਹਿਲੀ ਵਾਰ ਚੈਨਲ ਦੇ ਉੱਤੇ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਦਬਲਿਆ ਕਰੋ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦੀ ਰਵੇ ਸੋ ਸ਼ੁਰੂ ਕਰਦੇ ਆਪਾਂ ਆਪਣੀ ਅੱਜ ਦੀ ਵੀਡੀਓ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਕੱਲ ਬਾਬਾ ਫਰੀਦ ਯੂਨੀਵਰਸਿਟੀ ਆਫ ਹਲ ਸਾਇੰਸ ਵੱਲੋਂ ਵੱਖ-ਵੱਖ ਤਿੰਨ ਚਾਰ ਨਵੇਂ ਨੋਟੀਫਿਕੇਸ਼ਨ ਆਊਟ ਕੀਤੇ ਗਏ ਨੇ ਸੋ ਉਹਨਾਂ ਨੋਟੀਫਿਕੇਸ਼ਨਾਂ ਤੇ ਆਪਾਂ ਅੱਜ ਡਿਟੇਲ ਨਾਲ ਗੱਲ ਕਰਾਂਗੇ ਜੀ ਨੰਬਰ 1 ਦੇ ਉੱਤੇ ਤੁਸੀਂ ਦੇਖ ਸਕਦੇ ਹੋ ਜੀ ਨੋਟੀਫਿਕੇਸ਼ਨ ਇਹਨਾਂ ਨੇ ਆਊਟ ਕੀਤਾ ਵਾ ਕਿ ਇੰਪੋਰਟੈਂਟ ਨੋਟਿਸ ਰਿਗਾਰਡਿੰਗ ਰਿਕਰੂਟਮੈਂਟ ਆਫ ਸਟਾਫ ਨਰਸ ਠੀਕ ਹੈ ਜੀ ਜਿਹੜੀਆਂ ਦੋ ਕਾਉਂਸਲਿੰਗਾਂ ਹੋਈਆਂ ਸੀਗੀਆਂ ਇਹਨਾਂ ਦੀਆਂ 18 ਤੇ 19 ਤਰੀਕ ਨੂੰ ਤੇ ਉਸ ਤੋਂ ਬਾਅਦ ਜਿਹੜੀ ਕਾਉਂਸਲਿੰਗ ਹੋਈ ਸੀਗੀ ਆਪਣੇ 6 ਤੇ 7 ਤਰੀਕ ਨੂੰ ਸੋ ਉਹਨਾਂ ਦੀਆਂ ਜਿਹੜੀਆਂ ਮੈਰਿਟ ਲਿਸਟਾਂ ਨੇ ਕੈਟਾਗਰੀ ਵਾਈਜ਼ ਠੀਕ ਹੈ ਜੀ ਉਹਨਾਂ ਦੇ ਲਿੰਕ ਨੇ ਜਿਹੜੇ ਉਹ ਆਊਟ ਕਰ ਦਿੱਤੇ ਗਏ ਨੇ ਆ ਜਿਹੜੇ نیچے ਦੋ ਲਿੰਕ ਦਿੱਤੇ ਹੋਏ ਆ ਠੀਕ ਹੈ ਜੀ ਕੈਟਾਗਰੀ ਵਾਈਜ਼ ਮੈਰਿਟ ਲਿਸਟ ਆਫ ਸਟਾਫ ਨਰਸ ਤੇ ਮੈਰਿਟ ਲਿਸਟ ਆਫ ਡਾਕੂਮੈਂਟ ਵੈਰੀਫਿਕੇਸ਼ਨ ਰਾਉਂਡ 2 ਠੀਕ ਹੈ ਜੀ ਸੋ ਜਿਹੜੇ ਵੀ ਬੱਚੇ ਡਾਕੂਮੈਂਟ ਵੈਰੀਫਿਕੇਸ਼ਨ ਕਰਵਾ ਕੇ ਆਏ ਸੀਗੇ ਸਟਾਫ ਨਰਸ ਵਾਲੇ ਜਿਹੜਾ ਐਗਜ਼ਾਮ 5 ਨਵੰਬਰ ਨੂੰ ਲਿਆ ਗਿਆ ਸੀ ਤੇ ਉਸ ਦੇ ਜਿਹੜੇ ਵੀ ਬੱਚੇ ਕਰਵਾ ਕੇ ਆਏ ਸੀ ਉਹੋ ਇਹ ਲਿਸਟਾਂ ਨੇ ਜਿਹੜੀਆਂ ਇੱਥੋਂ ਡਾਊਨਲੋਡ ਕਰਕੇ ਆਪਦੇ ਆਪ ਦੇ ਜਿਹੜੇ ਨਾਮ ਨੇ ਚੈੱਕ ਕਰ ਸਕਦੇ ਹੋ ਜੀ ਤੇ ਆਪਾਂ ਤੁਹਾਨੂੰ ਦਿਖਾ ਵੀ ਦਿੰਨੇ ਆ ਕਿ ਆਪਾਂ ਇਹ ਲਿਸਟਾਂ ਨੇ ਜਿਹੜੀਆਂ ਆਲਰੇਡੀ ਇਹ ਡਾਊਨਲੋਡ ਕਰਕੇ ਰੱਖੀਆਂ ਹੋਈਆਂ ਨੇ ਇਸ ਤੋਂ ਇਲਾਵਾ ਮੈਂ ਆਪਣੇ ਟੈਲੀਗ੍ਰam ਚੈਨਲ ਦੇ ਉੱਤੇ ਵੀ ਇਹ ਲਿਸਟਾਂ ਨੇ ਜਿਹੜੀਆਂ ਤੇ ਨੋਟੀਫਿਕੇਸ਼ਨ ਨੇ ਜਿਹੜੇ ਸਾਰੇ ਇਹ ਡਾਊਨਲੋਡ ਕਰ ਦੂੰਗਾ ਉੱਥੋਂ ਵੀ ਜਾ ਕੇ ਤੁਸੀਂ ਡਾਊਨਲੋਡ ਕਰ ਸਕਦੇ ਹੋ ਇਸੇ ਕਰਕੇ ਮੈਂ ਕਹਿਣਾ ਹੁੰਨਾ ਕਿ ਟੈਲੀਗ੍ਰam ਚੈਨਲ ਨੂੰ ਜ਼ਰੂਰ ਜੁਆਇਨ ਕਰ ਲਵੋ ਆਪਣੇ ਨੂੰ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਊਗਾ ਹਾਂਜੀ ਜਿਹੜਾ ਨੰਬਰ 1 ਤੇ ਨੋਟੀਫਿਕੇਸ਼ਨ ਹੈ ਮੈਰਿਟ ਲਿਸਟ ਰਾਊਂਡ ਸੈਕੰਡ ਤੇ ਕੈਟਾਗਰੀ ਵਾਈਜ਼ ਮੈਰਿਟ ਲਿਸਟ ਠੀਕ ਹੈ ਜੀ ਸੋ ਇਹਨਾਂ ਲਿੰਕਾਂ ਨੂੰ ਡਾਊਨਲੋਡ ਕਰਨ ਤੋਂ ਬਾਅਦ ਜਿੱਦਾਂ ਹੀ ਤੁਸੀਂ ਇਹਦੇ ਉੱਤੇ ਕਲਿੱਕ ਕਰੋਗੇ ਤਾਂ ਜਿਹੜੀ ਇਹ ਪੀਡੀਐਫ ਆ ਇਹ ਓਪਨ ਹੋ ਜੂਗੀ ਠੀਕ ਹੈ ਜੀ ਜਿੱਦਾਂ ਹੀ ਇਹ ਪੀਡੀਐਫ ਓਪਨ ਹੋਊਗੀ ਤਾਂ ਤੁਸੀਂ ਸਾਰੀ ਜਿਹੜੀ ਡਿਟੇਲ ਆ ਉਹ ਚੈੱਕ ਕਰ ਸਕਦੇ ਹੋ ਠੀਕ ਆ ਆਪਦੇ ਆਪਦੇ ਨਾਮ ਤੇ ਕੈਟਾਗਰੀ ਵਾਈਜ਼ ਹਨਾ ਠੀਕ ਹੈ ਆ ਦੇਖੋ ਮੈਰਿਟ ਲਿਸਟ ਫੋਰ ਦਾ ਰਿਕਰੂਟਮੈਂਟ ਫੋਰ ਦਾ ਪੋਸਟ ਆਫ ਸਟਾਫ ਨਰਸ ਨੰਬਰ 1 ਤੇ ਇਹਨਾਂ ਨੇ ਨੰਬਰ ਫਿਰ ਰਜਿਸਟ੍ਰੇਸ਼ਨ ਨੰਬਰ ਰੋਲ ਨੰਬਰ ਨੇਮ ਆਫ ਦਾ ਕੈਂਡੀਡੇਟ ਫਾਦਰ ਨੇਮ ਜੈਂਡਰ ਕੈਟਾਗਰੀ ਡੇਟ ਆਫ ਬਰਥ ਟੋਟਲ ਐਕਸਪੀਰੀਅੰਸ ਪੀਰੀਅਡ ਐਕਸਪੀਰੀਅੰਸ ਮਾਰਕਸ ਮਾਰਕਸ ਆਫ ਰਿਟਨ ਟੈਸਟ ਟੋਟਲ ਸਬਜੈਕਟ ਪਲਸ ਐਕਸਪੀਰੀਅੰਸ ਮਾਰਕਸ ਤੇ ਰਿਮਾਰਕਸ ਠੀਕ ਹੈ ਜੀ ਸੋ ਇਹ ਜਿਹੜਾ ਪੀਡੀਐਫ ਆ ਇਹ ਜਿਹੜੇ ਬੱਚੇ ਡਾਕੂਮੈਂਟ ਵੈਰੀਫਿਕੇਸ਼ਨ ਕਰਵਾ ਕੇ ਆਏ ਨੇ ਠੀਕ ਹੈ ਜੀ ਉਹ ਆਪਦਾ ਆਪਦਾ ਨਾਮ ਆ ਜਿਹੜਾ ਉਹ ਇਹ ਇਹਨਾਂ ਲਿਸਟਾਂ ਤੇ ਜਾ ਕੇ ਚੈੱਕ ਕਰ ਸਕਦੇ ਹੋ ਲਿਸਟਾਂ ਤੁਸੀਂ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਦੇ ਉੱਤੇ ਲਿੰਕ ਪਾਏ ਨੇ ਜਾਂ ਫਿਰ ਆਪਣੇ ਟੈਲੀਗ੍ਰam ਚੈਨਲ ਤੇ ਜਾ ਕੇ ਤੁਸੀਂ ਡਾਊਨਲੋਡ ਕਰ ਸਕਦੇ ਹੋ ਸੋ ਇਸੇ ਤਰ੍ਹਾਂ ਆਹ ਜਿਹੜੀ ਦੋ ਨੰਬਰ ਤੇ ਪੀਡੀਐਫ ਆ ਇਹਨੂੰ ਵੀ ਤੁਸੀਂ ਅ ਧਿਆਨ ਨਾਲ ਆਪਦਾ ਨਾਮ ਜਿਹੜਾ ਚੈੱਕ ਕਰ ਸਕਦੇ ਹੋ ਸੋ ਹੁਣ ਆਪਾਂ ਗੱਲ ਕਰਨੀ ਹੈ ਜੀ ਮੋਸਟ ਇੰਪੋਰਟੈਂਟ ਜਿਹੜੇ ਕੱਲ ਦੋ ਹੋਰ ਨਵੇਂ ਨੋਟੀਫਿਕੇਸ਼ਨ ਆਏ ਨੇ ਉਹ ਕਿਹੜੇ ਨੋਟੀਫਿਕੇਸ਼ਨ ਹੈ ਐਮ ਪੀ ਐਚ ਡਬਲਯੂ ਵਾਲੇ ਬੱਚਿਆਂ ਲਈ ਠੀਕ ਹੈ ਸੋ نیچے ਜਿੱਦਾਂ ਹੀ ਆਪਾਂ ਜਾਵਾਂਗੇ ਤਾਂ ਤੁਹਾਨੂੰ ਦੋ ਨਵੇਂ ਹੋਰ ਨੋਟੀਫਿਕੇਸ਼ਨ ਦੇਖਣ ਨੂੰ ਮਿਲਣਗੇ ਸੋ ਇਸੇ ਕਰਕੇ ਮੈਂ ਕਹਿਣਾ ਕਿ ਵੀਡੀਓ ਨੂੰ ਸਕਿਪ ਨਾ ਕਰਿਓ ਵੀਡੀਓ ਨੂੰ ਐਂਡ ਤੱਕ ਦੇਖਿਓ ਠੀਕ ਹੈ ਜੀ ਸੋ ਨੰਬਰ 1 ਦੇ ਉੱਤੇ ਜਿਹੜਾ ਨੋਟੀਫਿਕੇਸ਼ਨ ਆ ਕਲਿੱਕ ਹੇਅਰ ਟੂ ਰੀਡ ਡਿਟੇਲਸ ਤੇ ਲਿਸਟ ਆਫ ਪੋਸਟਸ ਰਿਕਰੂਟਮੈਂਟ ਟੈਸਟ ਸੋ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਜਿਹੜੀਆਂ ਵੱਖ-ਵੱਖ ਏ ਐਨ ਐਮ ਐਮ ਪੀ ਐਚ ਡਬਲਯੂ ਜਾਂ ਪੈਰਾਮੈਡੀਕਲ ਸਟਾਫ ਦੀਆਂ ਪੋਸਟਾਂ ਕੱਢੀਆਂ ਗਈਆਂ ਸੀ ਉਹਨਾਂ ਦੇ ਜਿਹੜੇ ਐਗਜ਼ਾਮ ਲਏ ਜਾਣੇ ਆ ਉਹਨਾਂ ਦੇ ਰਿਗਾਰਡਿੰਗ ਨੰਬਰ 1 ਤੇ ਆਪਾਂ ਜਿਹੜਾ ਨੋਟੀਫਿਕੇਸ਼ਨ ਆ ਉਹ ਚੈੱਕ ਕਰ ਲੈਣੇ ਆ ਸੋ ਆਪਾਂ ਇਹ ਡਾਊਨਲੋਡ ਆਲਰੇਡੀ ਕੀਤਾ ਹੋਇਆ ਵਾ ਸੋ ਆਪਾਂ ਤੁਹਾਨੂੰ ਰੀਡ ਕਰਵਾ ਦਿੰਨੇ ਆ ਦੋਨੇ ਨੋਟੀਫਿਕੇਸ਼ਨ ਤੇ ਜਿਹੜਾ ਪੰਜਾਬੀ ਦਾ ਪੇਪਰ ਆ ਉਹਦਾ ਕੀ ਚੱਕਰ ਆ ਉਹ ਵੀ ਆਪਾਂ ਕਲੀਅਰ ਕਰ ਦਿੰਨੇ ਆ ਸੋ ਵੀਡੀਓ ਨੂੰ ਤੁਸੀਂ ਸਕਿਪ ਨਹੀਂ ਕਰਨਾ ਹੋਊਗਾ ਸੋ ਜਿੱਦਾਂ ਹੀ ਆਪਾਂ ਨੋਟੀਫਿਕੇਸ਼ਨ ਤੇ ਕਲਿੱਕ ਕਰਾਂਗੇ ਤਾਂ ਆਪਾਂ ਨੂੰ ਜਿਹੜਾ ਇੱਕ ਨੋਟੀਫਿਕੇਸ਼ਨ ਦੇਖਣ ਨੂੰ ਮਿਲ ਜੂਗਾ ਜੀ ਆ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਕਿ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਇਨਵਾਈਟਡ online applications for various paramedical posts on behalf of the department of health and family welfare ਠੀਕ ਹੈ ਜੀ 17 ਤਰੀਕ ਨੂੰ ਐਗਜ਼ਾਮ ਲਿਆ ਜਾ ਰਿਹਾ ਵਾ ਰਿਟਨ ਟੈਸਟ ਪੰਜਾਬੀ ਲੈਂਗੁਏਜ ਐਂਡ ਕੰਪੀਟੀਟਿਵ ਐਗਜ਼ਾਮ ਪੰਜਾਬੀ ਲੈਂਗੁਏਜ ਦਾ ਐਗਜ਼ਾਮ ਵੀ ਲਿਆ ਜਾ ਰਿਹਾ ਵਾ ਤੇ ਨਾਲ ਜਿਹੜਾ ਕੰਪੀਟੀਟਿਵ ਐਗਜ਼ਾਮ ਆ ਉਹ ਵੀ ਲਿਆ ਜਾਣਾ ਹੈ ਸੋ ਕਿਹੜੇ ਕਿਹੜੇ ਬੱਚਿਆਂ ਦਾ ਲਿਆ ਜਾਣਾ ਵਾ ਤਾ ਨੰਬਰ 1 ਦੇ ਉੱਤੇ ਜਿਹੜਾ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਟਰੀ ਸਾਇੰਸ ਮੁਹਾਲੀ ਵੱਲੋਂ ਪੋਸਟਾਂ ਕੱਢੀਆਂ ਗਈਆਂ ਸੀਗੀਆਂ ਲੈਬ ਟੈਕਨੀਸ਼ੀਅਨਸ ਦੀਆਂ ਆਪਰੇਸ਼ਨ ਥੀਏਟਰ ਅਸਿਸਟੈਂਟ ਦੀਆਂ ਰੇਡੀਓਗ੍ਰਾਫਰ ਦੀਆਂ ਐਨਸਥੀਆ ਟੈਕਨੀਸ਼ੀਅਨਸ ਸਟਾਫ ਨਰਸ ਤੇ ਕਲਰਕ ਸੋ ਜਿਹੜੀਆਂ ਇਹ ਪੋਸਟਾਂ ਕੱਢੀਆਂ ਗਈਆਂ ਸੀਗੀਆਂ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਟਰੀ ਸਾਇੰਸ ਦੇ ਵੱਲੋਂ ਸੋ ਇਹਨਾਂ ਦਾ ਪੰਜਾਬੀ ਦਾ ਪੇਪਰ ਵੀ ਲਿਆ ਜਾਣਾ 17 ਨੂੰ ਤੇ ਨਾਲ ਦੀ ਨਾਲ ਕੰਪੀਟੀਟਿਵ ਐਗਜ਼ਾਮ ਵੀ ਲਿਆ ਜਾਣਾ ਇਸੇ ਤਰ੍ਹਾਂ ਨੰਬਰ 2 ਤੇ ਹੈਲਥ ਐਂਡ ਫੈਮਿਲੀ ਵੈਲਫੇਅਰ ਵੱਲੋਂ ਲੈਬ ਟੈਕਨੀਸ਼ੀਅਨਸ ਤੇ ਓਟੀਏ ਆਪਰੇਸ਼ਨ ਥੀਏਟਰ ਅਸਿਸਟੈਂਟ ਦੀਆਂ ਪੋਸਟਾਂ ਕੱਢੀਆਂ ਗਈਆਂ ਇਹਨਾਂ ਦਾ ਪੰਜਾਬੀ ਤੇ ਕੰਪੀਟੀਟਿਵ ਐਗਜ਼ਾਮ ਦੋਨੋਂ ਲੈ ਜਾਣੇ ਆ ਤਿੰਨ ਤੇ ਡਾਇਰੈਕਟਰ ਰਿਸਰਚ ਐਂਡ ਮੈਡੀਕਲ ਐਜੂਕੇਸ਼ਨ ਪੰਜਾਬ ਇਹਨਾਂ ਦੇ ਵੱਲੋਂ ਜਿਹੜਾ ਨੋਟੀਫਿਕੇਸ਼ਨ ਪੋਸਟਾਂ ਦਾ ਕੱਢਿਆ ਗਿਆ ਓਟੀਏ ਤੇ ਐਨਸਥੀਸ਼ੀਆ ਟੈਕਨੀਸ਼ੀਅਨਸ ਤੇ ਡੀਈਓ ਇਹਨਾਂ ਦਾ ਪੰਜਾਬੀ ਤੇ ਨਾਲ ਕੰਪੀਟੀਟਿਵ ਐਗਜ਼ਾਮ ਤੇ ਨੰਬਰ 4 ਤੇ ਬਾਬਾ ਫਰੀਦ ਯੂਨੀਵਰਸਿਟੀ ਆਫ ਫੈ ਪੋਸਟਾਂ ਕੱਢੀਆਂ ਗਈਆਂ ਨੇ ਲੈਬ ਟੈਕਨੀਸ਼ੀਅਨਸ ਗ੍ਰੇਡ 2 ਤੇ ਰੇਡੀਓਗ੍ਰਾਫਰ ਦੀਆਂ ਪੋਸਟਾਂ ਠੀਕ ਹੈ ਜੀ ਸੋ ਇਹਨਾਂ ਦਾ ਵੀ 17 ਤਰੀਕ ਨੂੰ ਪੰਜਾਬੀ ਦਾ ਐਗਜ਼ਾਮ ਤੇ ਨਾਲ ਕੰਪੀਟੀਟਿਵ ਐਗਜ਼ਾਮ ਮਤਲਬ ਟੋਟਲ ਐਗਜ਼ਾਮ ਆ ਜਿਹੜਾ 17 ਤਰੀਕ ਨੂੰ ਇਹਨਾਂ ਪੋਸਟਾਂ ਵਾਲਿਆਂ ਦਾ ਹੋ ਜਾਣਾ ਸੋ ਤੁਸੀਂ ਵੀਡੀਓ ਧਿਆਨ ਨਾਲ ਦੇਖ ਲਈ ਨਾ ਕਿੰਨਾ ਕਿੰਨਾ ਦਾ 17 ਤਰੀਕ ਨੂੰ ਪੰਜਾਬੀ ਦਾ ਪੇਪਰ ਵੀ ਹੋਣਾ ਵਾ ਤੇ ਨਾਲ ਜਿਹੜਾ ਕੰਪੀਟੀਟਿਵ ਐਗਜ਼ਾਮ ਆ ਉਹ ਵੀ ਹੋਣਾ ਵਾ ਸੋ ਹੁਣ ਆਪਾਂ ਗੱਲ ਕਰਦੇ ਆ ਦੂਸਰੇ ਨੋਟੀਫਿਕੇਸ਼ਨ ਦੀ ਤੇ ਇੱਕ ਗੱਲ ਹੋਰ ਆ ਜਿਹੜੀ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਦਾ ਲਿੰਕ ਦਿੱਤਾ ਹੋਇਆ www.bfuhs.ac.in ਇਸ ਤੇ ਜਿਨ੍ਹਾਂ ਚਿਕਰ ਪੇਪਰ ਨਹੀਂ ਹੁੰਦਾ ਰੈਗੂਲਰ ਵਿਜ਼ਿਟ ਕਰਦੇ ਰਿਹਾ ਕਰੋ ਹਰ ਰੋਜ਼ ਕੋਈ ਨਾ ਕੋਈ ਨਵਾਂ ਨੋਟੀਫਿਕੇਸ਼ਨ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਵਾ ਜਿਹੜੇ ਆਉਣ ਵਾਲੇ ਐਗਜ਼ਾਮ ਨੇ ਜਿਨ੍ਹਾਂ ਨੇ ਪੋਸਟਾਂ ਫਿਲ ਕੀਤੀਆਂ ਹੋਈਆਂ ਨੇ ਜਿਹੜੇ ਬੱਚਿਆਂ ਨੇ ਠੀਕ ਆ ਸੋ ਹੁਣ ਆਪਾਂ ਗੱਲ ਕਰਦੇ ਆ ਜੀ ਇੱਕ ਇਹਨਾਂ ਨੇ ਹੋਰ ਨੋਟੀਫਿਕੇਸ਼ਨ ਕੱਲ ਹੀ ਆਊਟ ਕੀਤਾ ਵਾ ਸੋ ਉਹ ਨੋਟੀਫਿਕੇਸ਼ਨ ਹੈਗਾ ਜੀ ਨੋਟਿਸ ਫਾਰ ਐਗਜ਼ਾਮ ਠੀਕ ਹੈ ਇੱਕ ਹੋਰ ਜਿਹੜਾ ਨੋਟੀਫਿਕੇਸ਼ਨ ਹੈ ਉਹ ਇਹਨਾਂ ਨੇ ਆਊਟ ਕੀਤਾ ਸੀ ਉਹਦੇ ਤੇ ਵੀ ਆਪਾਂ ਡਿਟੇਲ ਦੇ ਵਿੱਚ ਗੱਲ ਕਰਾਂਗੇ ਸੋ ਇਸੇ ਕਰਕੇ ਮੈਂ ਕਿਹਾ ਸੀਗਾ ਕਿ ਵੀਡੀਓ ਸੌਰੀ ਉਹੀ ਪੀਡੀਏ ਨਹੀਂ ਸੌਰੀ ਹਾਂਜੀ ਬੇਸੇ ਕਰਕੇ ਮੈਂ ਕਿਹਾ ਸੀਗਾ ਕਿ ਵੀਡੀਓ ਨੂੰ ਸਕਿਪ ਨਹੀਂ ਕਰਨਾ ਤੇ ਐਂਡ ਤੱਕ ਦੇਖਣਾ ਬਹੁਤ ਇੰਪੋਰਟੈਂਟ ਵੀਡੀਓ ਹੈ ਆਪਣੀ ਅੱਜ ਦੀ ਆ ਜਿਹੜੀ ਰਹਿਣ ਵਾਲੀ ਤੁਹਾਡੇ ਸਾਰੇ ਬੱਚਿਆਂ ਲਈ ਸੋ ਇਹ ਨੋਟੀਫਿਕੇਸ਼ਨ ਵੀ 7 ਤਰੀਕ ਨੂੰ ਆਇਆ ਜੀ 28 10 22 ਨੂੰ ਜਿਹੜਾ ਇੱਕ ਨੋਟੀਫਿਕੇਸ਼ਨ ਸੀਗਾ ਕਿ ਜਿਹੜੇ 50% ਪੰਜਾਬੀ ਵਾਲੇ ਹਨਾ ਪੰਜਾਬੀ ਦਾ ਪੇਪਰ ਜਿਨ੍ਹਾਂ ਨੇ ਦਿੱਤਾ ਹਣਾ ਉਹਨਾਂ ਨੂੰ एलिਜੀਬਲ ਕੀਤਾ ਗਿਆ ਸੀ ਫਿਰ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਕੱਢਿਆ ਸੀਗਾ 4 11 2023 ਨੂੰ ਕਿ ਪੰਜਾਬੀ ਦਾ ਪੇਪਰ ਹਨਾ ਜਿਹੜਾ ਵਾ ਉਹ ਲਿਆ ਜਾਊਗਾ ਐਗਜ਼ਾਮਸ ਤੋਂ ਪਹਿਲਾਂ ਠੀਕ ਹੈ ਸੋ ਇਸ ਦੇ ਸਬੰਧ ਦੇ ਵਿੱਚ ਇਹ ਜਿਹੜਾ ਨਵਾਂ ਨੋਟੀਫਿਕੇਸ਼ਨ ਆਇਆ ਵਾ ਤੁਸੀਂ ਦੇਖ ਸਕਦੇ ਹੋ ਕਿ ਇਨ ਥਿਸ ਰਿਗਾਰਡ ਇਟ ਹੈਜ਼ ਬੀਨ ਡਿਸਾਈਡਡ ਟੂ ਕੰਡਕਟ ਦਾ ਰਿਟਨ ਟੈਸਟ ਇਨ ਪੰਜਾਬੀ ਲੈਂਗੁਏਜ ਫੋਰ ਦਾ ਫੋਲੋਇੰਗ ਰਿਕਰੂਟਮੈਂਟਸ ਔਨ 17 12 2023 ਸੰਡੇ ਨੂੰ ਦਾ ਐਡਮਿਟ ਕਾਰਡਸ ਐਂਡ ਰੋਲ ਨੰਬਰ ਵਿਲ ਬੀ ਅਪਲੋਡਡ ਔਨ ਦਾ ਯੂਨੀਵਰਸਿਟੀ ਵੈਬਸਾਈਟ ਠੀਕ ਹੈ ਹੁਣ ਜਿਹੜੀ ਥੱਲੇ ਇਹਨਾਂ ਨੇ ਲਿਸਟ ਦਿੱਤੀ ਹੋਈ ਆ ਸੋ ਇਹਨਾਂ ਦਾ ਜਿਹੜਾ ਐਗਜ਼ਾਮ ਆ ਉਹ 17 ਤਰੀਕ ਨੂੰ ਹੋਣਾ ਪੰਜਾਬੀ ਦਾ ਠੀਕ ਹੈ ਜੀ ਸੋ ਜਿਹੜੇ ਰੋਲ ਨੰਬਰ ਨੇ ਐਡਮਿਟ ਕਾਰਡ ਨੇ ਉਹ ਜਲਦੀ 17 ਤਰੀਕ ਨੂੰ ਜੇ ਐਗਜ਼ਾਮ ਆ ਤਾਂ ਉਹ ਜਿਹੜੇ 15 14 13 13 14 15 16 ਸੋ ਇਹਨਾਂ ਡੇਟਾ ਦੇ ਵਿੱਚ 12 ਵੀ ਲਾ ਸਕਦੇ ਆ ਇਹਨਾਂ ਡੇਟਾ ਦੇ ਵਿੱਚ ਇਹ 4-5 ਦਿਨ ਅੱਗੋਂ ਜਾਂ 5-7 ਦਿਨ ਅੱਗੋਂ ਜਿਹੜੀ ਵੈਬਸਾਈਟ ਦੇ ਉੱਤੇ ਅਪਲੋਡ ਕਰਦੇ ਹੁੰਦੇ ਆ ਉੱਥੋਂ ਤੁਸੀਂ ਡਾਊਨਲੋਡ ਕਰਨੇ ਹੋਣਗੇ ਡਾਊਨਲੋਡ ਕਿਵੇਂ ਕਰਨੇ ਆ ਕਿੱਦਾਂ ਉਹ ਆਪਾਂ ਡਿਟੇਲ ਦੇ ਵਿੱਚ ਵੀਡੀਓ ਬਣਾ ਕੇ ਤੁਹਾਨੂੰ ਸਮਝਾ ਦਾਂਗੇ ਤੁਸੀਂ ਆਪਣੇ ਚੈਨਲ ਦੇ ਨਾਲ ਜੁੜੇ ਰਹੋ ਠੀਕ ਹੈ ਦੇ ਨਾਲ ਦੀ ਨਾਲ ਇੱਕ ਗੱਲ ਹੋਰ ਆ ਪੰਜਾਬੀ ਦਾ ਪੇਪਰ ਆ ਜਿਹੜਾ 17 ਤਰੀਕ ਨੂੰ ਬਹੁਤ ਸਾਰੇ ਬੱਚਿਆਂ ਦਾ ਜਿਹੜੀਆਂ ਕਾਫੀ ਪੋਸਟਾਂ ਨਿਕਲੀਆਂ ਸਾਰਿਆਂ ਦਾ ਹੋਣਾ ਜਾ ਰਿਹਾ ਵਾ ਸੋ ਉਸ ਦੀ ਤਿਆਰੀ ਆਪਾਂ ਅੱਜ ਤੋਂ ਰੈਗੂਲਰ ਸਟਾਰਟ ਕਰਵਾ ਰਹੇ ਹਾਂ ਵੱਧ ਤੋਂ ਵੱਧ ਵੀਡੀਓ ਪਾਉਣ ਦੀ ਕੋਸ਼ਿਸ਼ ਕਰਾਂਗੇ ਆਪਣੇ ਕੋਲੇ 9-10 ਦਿਨੇ ਹਲੇ ਸੋ ਸਾਰੇ ਬੱਚੇ ਜਿਹੜੇ ਵੀਡੀਓ ਦੇਖ ਰਹੇ ਆ ਉਹ ਜ਼ਰੂਰ ਆਪਣੇ ਚੈਨਲ ਨਾਲ ਜੁੜ ਕੇ ਜਿਹੜੇ ਪੰਜਾਬੀ ਦਾ ਐਗਜ਼ਾਮ ਹੋਣਾ ਉਹਦੀ ਤਿਆਰੀ ਕਰਨ ਕਿਉਂਕਿ ਐਮਪੀਐਚਡਬਲੂ ਦਾ ਜਿਹੜਾ ਇਹਨਾਂ ਨੇ ਦੱਸਿਆ ਵਾ ਹਲੇ ਇਕੱਲੇ ਪੰਜਾਬੀ ਦਾ ਹੀ ਐਗਜ਼ਾਮ ਹੋਣਾ ਵਾ ਕਿਉਂਕਿ ਇਹਨਾਂ ਨੇ ਕਲੀਅਰ ਲਿਖਿਆ ਕਿ ਇਨ ਆ ਦੇਖੋ ਤਾਂ ਐਡਮਿਟ ਆ ਲਿਖਿਆ ਹੋਇਆ ਕਿ ਰਿਟਰਨ ਟੈਸਟ ਇਨ ਪੰਜਾਬੀ ਲੈਂਗੁਏਜ ਫਾਰ ਦਾ ਫੋਲੋਇੰਗ ਰਿਕਰੂਟਮੈਂਟਸ ਤੇ ਜਿਹੜਾ ਇਸ ਤੋਂ ਬਾਅਦ ਆਪਾਂ ਪਹਿਲਾ ਨੋਟੀਫਿਕੇਸ਼ਨ ਦੇਖਿਆ ਵਾ ਉਹਦੇ ਵਿੱਚ ਵੀ ਜਿਹੜਾ ਐਮਪੀਐਚਡਬਲ ਦੇ ਐਗਜ਼ਾਮ ਦਾ ਕੰਪੀਟੀਟਿਵ ਐਗਜ਼ਾਮ ਦਾ ਕੋਈ ਜ਼ਿਕਰ ਨਹੀਂ ਆਇਆਗਾ ਇੱਥੇ ਕੱਲੇ ਪੰਜਾਬੀ ਦਾ ਹੀ ਜ਼ਿਕਰ ਆ ਕਿ ਮਲਟੀਪਲ ਹੈਲਥ ਵਰਕਰ ਜਿਹੜਾ ਐਪਲੀਕੇਸ਼ਨ ਇਨਵਾਈਟਡ 10 ਤਰੀਕ ਤੋਂ ਲੈ ਕੇ ਜਿਹੜੀਆਂ 31 ਤਰੀਕ ਤੱਕ ਪੋਸਟਾਂ ਫਿਲ ਹੋਈਆਂ ਨੇ ਉਹਨਾਂ ਦਾ ਜਿਹੜਾ ਮਲਟੀਪਲ ਹੈਲਥ ਵਰਕਰ ਫੀਮੇਲ ਦਾ ਐਗਜ਼ਾਮ ਹੈ ਉਹ ਪੰਜਾਬੀ ਦਾ ਐਗਜ਼ਾਮ ਜਿਹੜਾ 17 ਤਰੀਕ ਨੂੰ ਲਿਆ ਜਾਣਾ ਆ ਠੀਕ ਹੈ ਜੀ ਉਸ ਤੋਂ ਬਾਅਦ ਐਡਵਰਟਾਈਜ਼ਮੈਂਟ ਨੰਬਰ BFU 21 ਠੀਕ ਹੈ ਜੀ ਜਿਹੜੀਆਂ ਬਲਾਕ ਐਕਸਟੈਂਸ਼ਨ ਐਜੂਕੇਟਰ ਦੀਆਂ ਨੇ ਇਹਨਾਂ ਦਾ ਵੀ ਪੰਜਾਬੀ ਦਾ ਐਗਜ਼ਾਮ ਆ ਜਿਹੜਾ ਉਹ 17 ਤਰੀਕ ਨੂੰ ਲਿਆ ਜਾਣਾ ਵਾ ਇਸ ਤੋਂ ਇਲਾਵਾ ਤੁਸੀਂ نیچے ਦੇਖ ਸਕਦੇ ਹੋ ਐਡਵਰਟਾਈਜ਼ਮੈਂਟ ਨੰਬਰ BFU237 ਠੀਕ ਹੈ ਜੀ ਪੋਸਟਾਂ ਕੱਢੀਆਂ ਸੀਗੀਆਂ ਇਹਨਾਂ ਨੇ ਹੋਸਟਲ ਅਸਿਸਟੈਂਟ ਜਿਹੜੀਆਂ 26/4 ਤੋਂ ਲੈ ਕੇ 16/5/23 ਤੱਕ ਅਪਲਾਈ ਹੋਈਆਂ ਸੀ ਹੋਸਟਲ ਅਸਿਸਟੈਂਟ ਮੇਲ ਹੋਸਟਲ ਅਸਿਸਟੈਂਟ ਫੀਮੇਲ ਲੈਬਟ ਅਟੈਂਡੈਂਟ MLT ਗ੍ਰੇਡ 2 ਹੈਲਥ ਵਿਜ਼ਟਰ ਔਰ ਅਕੂਪੇਸ਼ਨਲ ਥੈਰੇਪਿਸਟ ਫਿਜ਼ੀਓਥੈਰੇਪਿਸਟ ਤੇ ECG ਟੈਕਨੀਸ਼ੀਅਨਸ ਤੇ MGPS ਟੈਕਨੀਸ਼ੀਅਨਸ ਠੀਕ ਹੈ ਜੀ ਸੋ ਇਸ ਤੋਂ نیچے ਜਿਹੜੀ ਲਿਸਟ ਆ ਐਡਵਰਟਾਈਜ਼ਮੈਂਟ ਨੰਬਰ 8 ਤੋਂ 9 23 ਤੋਂ 28 9 23 ਤੱਕ ਜਿਹੜੀਆਂ ਅਪਲਾਈ ਹੋਈਆਂ ਸੀ 23 15 ਐਡਵਰਟਾਈਜ਼ਮੈਂਟ ਨੰਬਰ ਆ ਕਲੀਨਿਕਲ ਫਿਜ਼ੀਓਲੋਜੀਸਟ ਪੈਡੀਆਟ੍ਰਿਕ ਫਿਜ਼ੀਓਲੋਜੀਸਟ ਰੇਡੀਓ ਸੇਫਟੀ ਆਫੀਸਰ ਠੀਕ ਹੈ ਜੀ ਡੈਂਟਲ ਮਕੈਨਿਕ ਡੈਂਟਲ ਚੇਅਰ ਸਾਈਡ ਅਟੈਂਡੈਂਟ ਠੀਕ ਹੈ ਤੇ ਇਸ ਤੋਂ ਇਲਾਵਾ ਜਿਹੜਾ ਤੁਸੀਂ نیچے ਦੇਖ ਸਕਦੇ ਹੋ ਜੀ ਐਡਵਰਟਾਈਜ਼ਮੈਂਟ ਨੰਬਰ ਸੀਗਾ BFU 238 136 ਤੋਂ ਲੈ ਕੇ 157 23 ਤੱਕ ਇਹਨਾਂ ਪੋਸਟਾਂ ਲਈ ਅਪਲਾਈ ਹੋਇਆ ਸੀ ਹੋਸਟਲ ਵਾਰਡਨ ਸਟੋਰ ਕੀਪਰ ਇਕੋ ਟੈਕਨੀਸ਼ੀਅਨਸ ECG ਟੈਕਨੀਸ਼ੀਅਨਸ ਠੀਕ ਹੈ ਕਾਰਡੀਓ ਕੈਥ ਲੈਬ ਟੈਕਨੀਸ਼ੀਅਨਸ ਸੋ ਇਹਨਾਂ ਸਾਰਿਆਂ ਦਾ ਜਿਹੜਾ ਪੰਜਾਬੀ ਦਾ ਪੇਪਰ ਹੈ ਉਹ 17 ਤਰੀਕ ਨੂੰ ਲਿਆ ਜਾਣਾ ਵਾ ਐਡਮਿਟ ਕਾਰਡ ਤੁਹਾਡੇ 2-4 ਦਿਨ ਅੱਗੋਂ ਅਪਲੋਡ ਹੋ ਜਾਣਿਆ ਵੈਨਿਊ ਤੁਹਾਨੂੰ ਮਿਲ ਜਾਣਾ ਵਾ ਸੋ ਇਸੇ ਕਰਕੇ ਪੰਜਾਬੀ ਦੀ ਜਿਹੜੀ ਤਿਆਰੀ ਆ ਉਹ ਆਪਾਂ ਨੂੰ ਹੋਰ ਮਜ਼ਬੂਤ ਕਰਨੀ ਚਾਹੀਦੀ ਆ ਕਿਉਂਕਿ ਪੰਜਾਬੀ ਦੇ ਪੇਪਰ ਦੇ ਵਿੱਚੋਂ 50% ਨੰਬਰ ਲੈਣੇ ਲਾਜ਼ਮੀ ਨੇ ਜਿਹੜੇ ਬੱਚੇ ਦੇ 50% ਨੰਬਰ ਪੰਜਾਬੀ ਦੇ ਪੇਪਰ ਦੇ ਵਿੱਚੋਂ ਆਉਣਗੇ ਉਹ ਅੱਗੇ ਐਲੀਜੀਬਲ ਹੋਊਗਾ ਤੂ ਮਤਲਬ ਸਿਲੈਕਸ਼ਨ ਦੇ ਲਈ ਚਾਹੇ ਉਹ ਦੂਸਰੇ ਦੇ ਵਿੱਚੋਂ ਵੱਧ ਨੰਬਰ ਵੀ ਲੈ ਲੈਂਦਾ ਪਰ ਪੰਜਾਬੀ ਦੇ ਵਿੱਚੋਂ 50% ਨੰਬਰ ਜ਼ਰੂਰੀ ਆ ਸੋ ਤਿਆਰੀ ਆਪਾਂ ਅੱਜ ਤੋਂ ਸਟਾਰਟ ਕਰਵਾ ਰਹੇ ਹਾਂ ਤੁਸੀਂ ਵੀਡੀਓਜ਼ ਜ਼ਰੂਰ ਦੇਖਿਆ ਕਰੋ ਸੋ ਅੱਗੇ ਵੀ ਜੀ ਕਾਫੀ ਸਾਰੀ ਲੰਬੀ ਲਿਸਟ ਆ ਜਿੱਦਾ ਐਨ ਐਮ ਦੀਆਂ ਪੋਸਟਾਂ ਸੀ ਲਾਇਬ੍ਰੇਰੀ اٹੈਂਡੈਂਟ ਡੀਜ਼ਲ ਕਾਰਪੈਂਟਰ ਵੈਲਡਰ ਠੀਕ ਹੈ ਜੀ ਇਹਨਾਂ ਸਾਰਿਆਂ ਦਾ ਜਿਹੜਾ ਪੰਜਾਬੀ ਦਾ ਪੇਪਰ ਆ 17 ਨੂੰ ਲਿਆ ਜਾਣਾ ਵਾ ਲੈਬਰਾਟਰੀ ਲੈਬਰਾਟਰੀ اٹੈਂਡੈਂਟ ਠੀਕ ਹੈ ਸੋ ਬਾਕੀ ਇਹ ਜਿਹੜੀਆਂ ਪੀਡੀਐਫਾਂ ਨੇ ਇਹ ਤੁਹਾਨੂੰ ਆਪਣੇ ਟੈਲੀਗ੍ਰam ਚੈਨਲ ਦੇ ਉੱਤੇ ਮਿਲ ਜਾਣਗੀਆਂ ਜਾਂ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੋਂ ਜਾ ਕੇ ਤੁਸੀਂ ਡਾਊਨਲੋਡ ਕਰ ਸਕਦੇ ਹੋ ਸੋ ਉਮੀਦ ਆ ਤੁਹਾਨੂੰ ਕੋਈ ਡਾਊਟ ਨਹੀਂ ਰਿਹਾ ਹੋਊਗਾ ਕਿਉਂਕਿ ਇਹਨਾਂ ਨੇ ਜਿਹੜੇ ਕੱਲ ਨੋਟੀਫਿਕੇਸ਼ਨ ਆਇਆ ਇਹਨਾਂ ਦੇ ਵਿੱਚ ਜਿਹੜੀਆਂ ਇਹ ਪੋਸਟਾਂ ਦੀ ਲਿਸਟ ਆ ਇਹਨਾਂ ਦਾ ਸਿਰਫ ਪੰਜਾਬੀ ਦੇ ਐਗਜ਼ਾਮ ਲੈਣ ਦੀ ਗੱਲ ਕੀਤੀ ਆ ਇਨ ਪੰਜਾਬੀ ਲੈਂਗੁਏਜ ਠੀਕ ਹੈ ਰਿਟਨ ਟੈਸਟ ਇਨ ਪੰਜਾਬੀ ਲੈਂਗੁਏਜ ਫਾਰ ਦਾ ਰਿਕਰੂਟਮੈਂਟ ਆਫ 17 12 ਠੀਕ ਹੈ ਸੰਡੇ ਨੂੰ ਤੇ ਜਿਹੜੇ ਆਪਾਂ ਪਹਿਲਾ ਨੋਟੀਫਿਕੇਸ਼ਨ ਦੇਖਿਆ ਸੀ ਉਹ ਉਹਨਾਂ ਜਿਹੜੇ ਉਹ ਜਿਹੜੀਆਂ ਉਹ ਪੋਸਟਾਂ ਸੀਗੀਆਂ ਉਹਨਾਂ ਦਾ ਪੰਜਾਬੀ ਦੇ ਨਾਲ ਨਾਲ ਜਿਹੜਾ ਕੰਪੀਟੀਟਿਵ ਐਗਜ਼ਾਮ ਆ ਉਹ ਵੀ ਹੋਣਾ ਵਾ ਠੀਕ ਹੈ ਜੀ ਸੋ ਪੰਜਾਬੀ ਦੀ ਤਿਆਰੀ ਆਪਦੀ ਸਟਾਰਟ ਕਰ ਦੋ ਬਾਕੀ ਆਪਾਂ ਯੂਨੀਵਰਸਿਟੀ ਤੋਂ ਵੀ ਪਤਾ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਜਿਹੜਾ ਇਹ ਕਲੀਅਰ ਆ ਜਿਹੜਾ ਐਮ ਪੀ ਐਚ ਡਬਲਯੂ ਦਾ ਐਗਜ਼ਾਮ ਆ ਤੇ ਇਹਨਾਂ ਪੋਸਟਾਂ ਦਾ ਪੰਜਾਬੀ ਦਾ ਹੋਣਾ ਵਾ ਇੱਕ ਦੋ ਦਿਨ ਦੇ ਵਿੱਚ ਆਪਾਂ ਅਗਲੀ ਵੀਡੀਓ ਅਪਲੋਡ ਕਰ ਦਾਂਗੇ ਕਿਉਂਕਿ ਹਲੇ 10 ਦਿਨ ਹੈਗੇ ਨੇ ਸੋ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਨਾਲ ਸੋ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ ਉਮੀਦ ਕਰਦੇ ਆ ਅੱਜ ਦੀ ਇਹ ਇਨਫੋਰਮੇਸ਼ਨ ਤੁਹਾਨੂੰ ਵਧੀਆ ਲੱਗੀ ਹੋਊਗੀ ਸੋ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ